ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, the question is what could be the possible ones digits of the square root of the each of the following number 657666025 ਤਾਂ ਸਾਨੂੰ ਇੱਕ ਨੰਬਰ ਦਿੱਤਾ ਗਿਆ ਹੈ, ਸਾਨੂੰ ਕੀ ਫਾਈਂਡ ਆਊਟ ਕਰਨਾ ਹੈ ਇਸ ਨੰਬਰ ਦੇ ਸਕੁਅਰ ਰੂਟ ਦੇ ਵਨਸ ਡਿਜਿਟ ਯਾਨੀ ਕਿ ਯੂਨਿਟ ਡਿਜਿਟ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਆਪਣਾ ਕੁਐਸਚਨ ਲਿਖ ਲਵਾਂਗੇ 657666025। ਠੀਕ ਹੈ, ਇਹ ਸਾਡਾ ਕੁਐਸਚਨ ਹੈ। ਹੁਣ ਸਾਨੂੰ ਇਸ ਕੁਐਸਚਨ ਦੇ ਯੂਨਿਟ ਡਿਜਿਟ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ, ਸਕੁਅਰ ਰੂਟ ਦੇ ਯੂਨਿਟ ਡਿਜਿਟ ਦੀ। ਠੀਕ ਹੈ, ਤਾਂ ਇਸ ਦੇ ਸਕੁਅਰ ਇਸ ਨੰਬਰ ਦੇ ਯੂਨਿਟ ਡਿਜਿਟ ਤੋਂ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਠੀਕ ਹੈ, ਕਿਵੇਂ ਕਰ ਸਕਦੇ ਹਾਂ? ਅਸੀਂ ਇਹ ਜਿਹਾ ਨੰਬਰ ਲੈਣਾ ਕੋਈ ਵੀ ਜਿਹਦੇ ਸਕੁਅਰ ਕਰਨ ਤੇ ਯੂਨਿਟ ਡਿਜਿਟ ਤੇ ਕੀ ਆਵੇ, 5 ਆਵੇ, ਤਾਂ ਕਿਹੜਾ ਨੰਬਰ ਹੋ ਸਕਦਾ ਹੈ? 5 ਦਾ ਸਕੁਅਰ। ਜੇ ਅਸੀਂ 5 ਦਾ ਸਕੁਅਰ ਕਰੀਏ ਤਾਂ ਕੀ ਆਏਗਾ? 25। ਠੀਕ ਹੈ, ਯਾਨੀ ਕਿ ਯੂਨਿਟ ਡਿਜਿਟ ਤੇ ਕੀ ਆ ਰਿਹਾ ਹੈ? 5। ਠੀਕ ਹੈ, ਹੋਰ ਕੋਈ ਨੰਬਰ ਨਹੀਂ ਹੈ ਜਿਹਦੇ ਸਕੁਅਰ ਕਰਨ ਤੇ ਯੂਨਿਟ ਡਿਜਿਟ ਤੇ 5 ਆਵੇ। ਠੀਕ ਹੈ, ਤਾਂ ਇਹੀ ਸਾਨੂੰ ਫਾਈਂਡ ਕਰਨਾ ਸੀ ਕਿ ਵਨਸ ਡਿਜਿਟ ਆਫ ਸਕੁਅਰ ਰੂਟ। ਠੀਕ ਹੈ, ਕਿ ਇਸ ਨੰਬਰ ਦੇ ਸਕੁਅਰ ਰੂਟ ਦਾ ਵਨ ਡਿਜਿਟ ਕੀ ਹੋਏਗਾ। ਹੁਣ ਕੋਈ ਵੀ ਨੰਬਰ ਹੈ ਸਾਡੇ ਅੱਗੇ, ਕੋਈ ਵੀ ਵੈਲਿਊ ਹੋਵੇ, ਜੇ ਪਿੱਛੇ 1 ਹੈ ਤੇ ਉਸਦੇ ਸਕੁਅਰ ਰੂਟ ਦੀ ਵੈਲਿਊ ਕੀ ਹੋਏਗੀ? ਹਮੇਸ਼ਾ 5 ਹੀ ਹੋਏਗੀ। ਠੀਕ ਹੈ, ਤਾਂ ਹੁਣ ਅਸੀਂ ਲਿਖ ਸਕਦੇ ਹਾਂ ਪੋਸੀਬਲ ਵਨਸ ਡਿਜਿਟ ਆਫ ਸਕੁਅਰ ਰੂਟ ਆਫ 657666025 ਕੀ ਹੋਏਗਾ? 5। ਠੀਕ ਹੈ, ਕਿ ਵਨਸ ਡਿਜਿਟ ਇਸ ਨੰਬਰ ਦੇ ਸਕੁਅਰ ਰੂਟ ਦਾ ਵਨਸ ਡਿਜਿਟ ਦੀ ਵੈਲਿਊ ਕੀ ਹੋਏਗੀ? 5। ਠੀਕ ਹੈ, ਇਹ ਫਾਈਂਡ ਆਊਟ ਕਰਨਾ ਸੀ, ਸਾਡਾ ਆਨਸਰ ਹੈ। ਥੈਂਕ ਯੂ।